ਇੱਕ ਪਾਸੇ ਕਰਜ਼ਾ ਮਾਫੀ ਦਾ ਐਲਾਨ ਕਰਕੇ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਸਰਕਾਰ ਆਪਣੀ ਇਸ ਪ੍ਰਾਪਤੀ ਦੀ ਪ੍ਰਸ਼ੰਸਾ ਪ੍ਰਚਾਰ ਜ਼ੋਰ ਸ਼ੋਰ ਨਾਲ ਕਰ ਰਹੀ ਹੈ। ਉੱਥੇ ਦੂਜੇ ਪਾਸੇ ਇਸ ਉਲਟ ਬੈਂਕ ਬਜ਼ੁਰਗ ਕਿਸਾਨਾਂ ਦੀ ਪੈਨਸ਼ਨ ਵੁਆਇਜ਼ਾਂ ਪੈਨਸ਼ਨ ਵਿਆਜ 'ਚ ਘੱਟ ਰਹੀ ਹੈ। ਇਸ ਤਰ੍ਹਾਂ ਦਾ ਮਾਮਲਾ ਪਿੰਡ ਗੁਰੂਸਰ ਵਿਖੇ ਵੀ ਸਾਹਮਣੇ ਆਇਆ, ਜਿੱਥੇ ਬਜ਼ੁਰਗ ਬੋਰ ਸਿੰਘ ਉਪ ਭੋਲਾ ਸਿੰਘ ਨੇ ਦੱਸਿਆ ਕਿ ਜਦ ਮੈਨੂੰ ਪੈਨਸ਼ਨ ਬਾਰੇ ਪਤਾ ਲੱਗਾ ਤਾਂ ਮੈਂ ਸਟੇਟ ਬੈਂਕ ਆਫ ਇੰਡੀਆ ਦੀ ਗੁਰਸੁਰ ਬ੍ਰਾਂਚ ਪੈਨਸ਼ਨ ਲੈਣ ਪੰਗਿਆ ਅਤੇ ਬੈਂਕ ਕਰਮੀ ਕਹਿੰਦੇ ਆ ਕਿ ਤੁਹਾਡੀ ਲਿਮਿਟ ਦਾ ਵਿਆਜ ਬਾਕੀ ਹੈ, ਸੋ ਤੁਸੀਂ 2000 ਹੋਰ ਭਰ ਜਾਓ ਅਤੇ ਪੈਨਸ਼ਨ ਵਿੱਚ ਜੋੜ ਦੇਵਾਂਗੇ। ਵਿਆਜ ਨਹੀਂ ਭਰਿਆ ਤਾਂ ਤੁਹਾਡੀ ਪੈਨਸ਼ਨ ਵੀ ਵਾਪਸ ਚਲੀ ਜਾਵੇਗੀ। ਪੈਨਸ਼ਨ ਧਾਰਕ ਨੇ ਦੱਸਿਆ ਕਿ ਇੰਜ ਕਰਨਾ ਨਾਇਨਸਾਫੀ ਹੈ, ਉਹਨਾਂ ਇੰਜ ਕਰਨ ਵਾਲੇ ਬੈਂਕ ਵਾਲਿਆਂ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹ ਜੀ ਮੈਂ ਜਾਣ ਗਿਆ ਜੀ ਪਰਸਨਾ, ਮੈਨੂੰ ਉਹਦੇ ਵੀ ਇੱਥੋਂ ਪੈਸੇ ਦੇ ਦੇਣੇ ਜੀ, ਉਹਨਾਂ ਦੇ ਕੱਟ ਜੀ। ਕਿੰਨੇ ਰੁਪਏ ਸੀਗੇ ਜੀ? 1500। ਇਹ ਬੈਂਕ ਮੈਨੇਜਰ ਨੇ ਕੱਟ ਲਏ? ਹਾਂ ਜੀ, ਉਹ ਕਿਹੜਾ ਦੂਜਾ ਵੱਡੇ ਤੋਂ ਖੇਤੀਬਾੜੀ ਆ ਜੀ, ਕਿਹੜਾ ਘਰ ਦੇ ਕਾਰੋਬਾਰ ਆ ਇੱਥੇ ਮੋੜਨਿਆਂ ਦੀ ਉਹਨਾਂ ਨੂੰ ਪੈਸੇ ਵਾਲੇ। ਅਤੇ ਕਿੰਨਾ ਟਾਈਮ ਹੋ ਗਿਆ ਪੈਸੇ ਭਰਿਆ ਨੂੰ ਜੀ? ਕੀ ਜਿਹੜੀ ਲੈਫਟ ਮੋੜੀ ਨੂੰ ਕਿੰਨਾ ਟਾਈਮ ਹੋ ਗਿਆ ਸੀ? ਉਹ ਜੀ ਲੈਫਟ ਮੋੜੀ ਜੀ ਮੈਂ 15000 ਰੁਪਏ ਦਾ ਚੈੱਕ ਕਰਾਇਆ ਸੀ ਜਮਾਂ। ਗਿੱਦੜਬਾਹਾ ਤੋਂ ਹੈਪੀ ਸਿੰਘ, ਜੀਵੇ ਪੰਜਾਬ ਟੀਵੀ।